ਹੈਲੋ ਵੀ ਐਡ ਫਰਸਟ ਸੈਮੈਸਟਰ ਦੇ ਸਟੂਡੈਂਟਸ ਤੁਹਾਨੂੰ ਪਤਾ ਹੀ ਹੈ ਜੀ ਤੁਹਾਡੀ ਡਿਮਾਂਡ ਦੇ ਆਧਾਰ ਤੇ ਮੈਂ ਤੁਹਾਨੂੰ ਤੁਹਾਡੇ ਨੋਟਸ ਪ੍ਰੋਵਾਈਡ ਕਰਵਾ ਰਹੀ ਹਾਂ ਕਾਫੀ ਮੈਂ ਕਰਵਾ ਚੁੱਕੀ ਹਾਂ ਤੇ ਅੱਜ ਦੇ ਆਪਣੇ ਨੋਟਸ ਰਹਿਣ ਵਾਲਿਆ ਜੀ ICT ਸਕਿੱਲ ਡਵੈਲਪਮੈਂਟ ICT ਸਕਿੱਲ ਡਵੈਲਪਮੈਂਟ ਤੇ ਤੁਹਾਨੂੰ ਜਿਹੜੇ ਨੋਟਸ ਐ ਜੀ ਮੈਂ ਪ੍ਰੋਵਾਈਡ ਕਰਵਾ ਰਹੀ ਆਂ ਇਹਦਾ ਲਿੰਕ ਮੈਂ ਰਾਤ ਹੀ ਜਿਹੜਾ ਸ਼ੇਅਰ ਕਰ ਚੁੱਕੀ ਆਂ ਤੁਹਾਡੇ ਨਾਲ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੀ ਕਿ ਕੀ-ਕੋਜ ਤੁਹਾਨੂੰ ਉਸ PDF ਦੇ ਵਿੱਚ ਮਿਲਣਾ ਹੈ ਕਿਉਂਕਿ ਤੁਸੀਂ ਮੈਨੂੰ ਮਨੀ ਪੇ ਕਰਨੀ ਐ ਤਾਂ ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੂੰ PDF ਦੇ ਵਿੱਚ ਤੁਹਾਨੂੰ ਕੀ-ਕੋਜ ਮਿਲੇਗਾ ਕਿਹੜੇ-ਕਿਹੜੇ ਜਿਹੜੇ ਟੌਪਿਕ ਐ ਜੀ ਉਹ ਤੁਹਾਨੂੰ ਮਿਲਣਗੇ ਸੋ ਇਸੇ ਬੇਸ ਤੇ ਮੈਂ ਇਹ ਜਿਹੋ ਆ ਵੀਡੀਓ ਤੁਹਾਡੇ ਲਈ ਬਣਾ ਰਹੀ ਆ ਇਸ ਨੂੰ ਦੇਖ ਲੋ ਧਿਆਨ ਦੇ ਨਾਲ ਤੁਹਾਨੂੰ ਜਿਹੜੇ ਟਾਪਿਕ ਹੈ ਜੀ ਉਹ ਜਿਹੜੇ ਇਹਦੇ ਵਿੱਚ ਕਲੀਅਰ ਹੋ ਜਾਣਗੇ ਜੀ ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕਰਵਾ ਰਹੀ ਆ ਜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਿਲੇਬਸ ਦੇ ਅਕੋਰਡਿੰਗ ਫ੍ਰੀ ਵੀਡੀਓ ਜੀ ਸਾਰੀਆਂ ਦੇ ਸਾਰੀਆਂ ਅਵੇਲੇਬਲ ਨੇ ਪੂਰੀਆਂ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਜੜੀਆਂ ਨੇ ਸਮਝਾਏ ਹੋਏ ਨੇ ਟਾਪਿਕ ਇਹਦੇ ਵਿੱਚ ਜਿਹੜੇ ਆ ਪੁਆਇੰਟ ਨੇ ਬਟ ਡਿਟੇਲ ਦੇ ਵਿੱਚ ਜੇਕਰ ਤੁਸੀਂ ਵੀਡੀਓ ਦੇਖਣੀ ਆ ਤਾਂ ਮੇਰੇ YouTube ਚੈਨਲ ਤੇ ਵਿਜ਼ਿਟ ਕਰੋ ਤਾਂ ਉੱਥੇ ਤੁਹਾਨੂੰ ਡਿਟੇਲ ਦੇ ਵਿੱਚ ਸਾਰੀ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਜੀ ਉਹ ਤੁਹਾਨੂੰ ਮਿਲ ਜਾਵੇਗੀ ਠੀਕ ਹੈ ਬਾਕੀ ਆਪਾਂ ਇੰਪੋਰਟੈਂਟ ਤੁਹਾਡੇ ਜਿਹੜੇ ਕੁਐਸਚਨ ਆਉਂਦੇ ਆ ਤੇ ਵੀਡੀਓਜ਼ ਜਲਦ ਲੈ ਕੇ ਆਵਾਂਗੇ ਸ਼ਾਰਟ ਕੁਐਸਚਨ ਤੇ ਜਿਹੜੀਆਂ ਵੀਡੀਓਜ਼ ਐ ਉਹ ਮੈਂ ਬਣਾ ਕੇ ਅਪਲੋਡ ਕਰ ਰਹੀ ਆਂ ਕਿ ਤੁਹਾਡੇ ਸ਼ਾਰਟ ਕੁਐਸਚਨ ਕਿਹੜੇ ਕਿਹੜੇ ਬੰਦੇ ਆ ਤੁਹਾਡੇ ਸਬਜੈਕਟ ਦੇ ਵਿੱਚ ਉਹਨਾਂ ਦੇ ਵਿੱਚੋਂ ਹੀ ਆਊਗਾ ਪੇਪਰ ਬਾਹਰੋਂ ਨਹੀਂ ਆਉਣਾ ਆਪਾਂ ਇਹਦੀ ਗੱਲ ਕਰਦੇ ਆਂ ਜੀ ਜਿਹੜੀ ਤੁਸੀਂ ਇਹ ਬਾਈ ਕਰਨੀ ਹੈ ਜੀ ਬਾਈ ਕਰਨ ਦਾ ਤਰੀਕਾ ਬਹੁਤ ਜ਼ਿਆਦਾ ਸੌਖਾ ਜੀ ਤੁਸੀਂ ਲਿੰਕ ਤੇ ਕਲਿੱਕ ਕਰਨਾ ਉੱਥੇ ਜਾਣਾ ਹੈ ਤੁਸੀਂ ਆਨਲਾਈਨ ਪੇ ਕਰਨਾ ਮੈਨੂੰ ਜਿਹੜੇ ਮਰਜ਼ੀ ਮੈਥਡ ਦੇ ਨਾਲ ਤੁਸੀਂ ਮੈਨੂੰ ਪੇ ਕਰ ਸਕਦੇ ਹੋ ਜਦੋਂ ਤੁਸੀਂ ਉਹ ਪੇ ਕਰ ਦਿਓਗੇ ਤਾਂ ਇੱਕ ਜਿਹੜਾ ਲਿੰਕ ਤੁਹਾਨੂੰ ਉਸੇ ਟਾਈਮ ਹੀ ਮਿਲ ਜਾਂਦਾ ਡਾਊਨਲੋਡ ਵਾਲਾ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਤੁਹਾਨੂੰ ਜਿਹੜੀ ਈਮੇਲ ਆਈਡੀ ਜਿਹੜੀ ਤੁਹਾਡੀ ਜਿਹੜੀ ਬਣੀ ਹੋਊਗੀ ਈਮੇਲ ਆਈਡੀ ਜਿਹੜੀ ਤੁਸੀਂ ਫਿਲ ਕਰੋਗੇ ਉਸ ਈਮੇਲ ਆਈਡੀ ਦੇ ਵਿੱਚ ਵੀ ਤੁਹਾਨੂੰ ਜਿਹੜਾ ਲਿੰਕ ਹੈ ਉਹ ਮਿਲ ਜਾਵੇਗਾ ਮੇਲ ਜਾਊਗੀ ਤੁਹਾਨੂੰ ਤੁਹਾਡੇ ਪੇਮੈਂਟ ਦੀ ਮੇਲ ਵੀ ਜਾਊਗੀ ਤੁਸੀਂ ਪੇਮੈਂਟ ਕਰਦੀ ਹੈ ਮੈਨੂੰ ਤੇ ਤੁਹਾਨੂੰ ਜਿਹੜੀ ਹੈ ਤੁਹਾਡੀ ਪੀਡੀਐਫ ਦੀ ਜਿਹੜੀ ਮੇਲ ਵੀ ਜਾਊਗੀ ਤਾਂ ਉੱਥੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਸੋ ਇਹ ਹੈਗਾ ਜੀ ਪਰਸੀਡਰ ਸੌਖਾ ਹੀ ਹੈ ਬਹੁਤ ਸੌਖਾ ਹੈ ਕੋਈ ਇੰਦਰ ਚਔਖਾ ਨਹੀਂ ਹੈ ਬਾਕੀ ਜੇ ਤੁਹਾਨੂੰ ਕੋਈ ਪ੍ਰੋਬਲਮ ਆਵੇ ਤਾਂ ਤੁਸੀਂ ਮੈਨਾਂ ਡਾਇਰੈਕਟ ਇੰਸਟਾਗ੍ਰਾਮ ਤੇ ਮੇਰੇ ਨਾਲ ਜਿਹੜੀ ਗੱਲ ਹੈ ਉਹ ਕਰ ਸਕਦੇ ਹੋ ਮੈਂ ਤੁਹਾਨੂੰ ਜਿਹੜਾ ਗਾਈਡ ਹੈ ਉਹ ਕਰ ਦੇਵਾਂਗੀ ਤੁਹਾਨੂੰ ਜੇਕਰ ਤੁਸੀਂ ਪੇ ਕਰਦੇ ਹੋ ਮੈਨੂੰ ਤਾਂ ਤੁਹਾਨੂੰ ਜਿਹੜੇ ਆ ਨੋਟਸ ਹੈ ਉਹ ਜ਼ਰੂਰ ਮਿਲਣਗੇ ਇਹ ਨਾ ਸੋਚੋ ਕਿ ਪੇ ਹੋ ਗਿਆ ਸਾਨੂੰ ਨੋਟਸ ਨਹੀਂ ਮਿਲੇ ਸਭ ਕੁਝ ਪ੍ਰੋਵਾਈਡ ਤੁਹਾਨੂੰ ਹੋਵੇਗਾ ਜੀ ਸੋ ਇਹ ਆਪਾਂ ਗੱਲ ਕਰਦੇ ਹਾਂ ਜੀ ਆਈਸੀਟੀ ਸਕਿੱਲ ਡਿਵੈਲਪਮੈਂਟ ਦੇ ਤੇ ਤੁਹਾਨੂੰ ਮੈਂ ਦੱਸਦਾ ਜੀ ਲਿੰਕ ਹੈ ਜੀ ਜਿਹੜਾ ਉਹ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਜੀ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੈ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਉੱਥੇ ਕਲਿੱਕ ਕਰੋ ਉਸ ਤੋਂ ਬਾਅਦ ਜਿਹੜੀ ਆ ਪੇ ਕਰੋ ਠੀਕ ਹੈ ਬਹੁਤ ਸਾਰੀਆਂ ਆਪਸ਼ਨਸ ਆ ਜਿਹੜੀ ਤੁਹਾਨੂੰ ਸੌਖੀ ਲੱਗਦੀ ਹੁੰਦੀ ਹੈ ਰਹੀ ਪੇ ਕਰ ਦਿਓ ਤੇ ਡਾਊਨਲੋਡ ਕਰ ਲਓ ਨੂੰਸ ਠੀਕ ਹੈ ਨੰਦੇਸ਼ਟਨ ਕੰਪਲੀਟ ਕੀ ਕੁਛ ਮਿਲਣਾ ਮੈਂ ਤੁਹਾਨੂੰ ਦੱਸ ਰਹੀ ਹਾਂ ਆਈਸੀਟੀ ਸਕਿੱਲ ਡਿਵੈਲਪਮੈਂਟ ਦੀ ਆਪਾਂ ਜਿਹੜੀ ਗੱਲ ਹੈ ਉਹ ਕਰ ਰਹੇ ਹਾਂ ਤੇ ਇੱਕ ਇੱਥੇ ਮੈਂ ਕਲੀਅਰ ਕਰ ਦਾਂ ਜੀ ਸੈਸ਼ਨ 2023-24 ਵਾਲੇ ਡਾਊਨਲੋਡ ਕਰਨੇ ਆ ਤੁਸੀਂ 22-23 ਵਾਲੇ ਨਹੀਂ ਕਰਨੇ 23-24 ਵਾਲੇ ਹੀ ਡਾਊਨਲੋਡ ਕਰਨੇ ਕਿਉਂਕਿ ਇੰਪਰੂਵਮੈਂਟ ਬਹੁਤ ਜ਼ਿਆਦਾ ਇਹਦੇ ਵਿੱਚ ਜੜੀ ਕੀਤੀ ਗਈ ਹੈ ਹਾਂ ਜੀ ਨੈਕਸਟ ਇਹ ਸਾਰੇ ਜਿੰਨੇ ਵੀ ਲਿੰਕ ਸ਼ੋ ਹੋ ਰਿਹਾ ਜੀ ਇਹ ਸਭ ਤੁਹਾਨੂੰ ਜਿਹੜੇ ਆ ਵਰਕ ਵਰਕ ਕਰਦੇ ਨੇ ਦੇਖ ਰਹੇ ਹੋ ਤੁਸੀਂ ਆਈਸੀਟੀ ਸਕਿੱਲ ਡਿਵੈਲਪਮੈਂਟ ਦੇ ਆ ਜੀ ਨੋਟਸ ਬੀਐਡ ਫਰਸਟ ਸੈਮੈਸਟਰ ਸਿਲੇਬਸ ਹੈਗਾ ਇਹ ਸੈਸ਼ਨ 2023-24 ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਆਜੋ ਅੱਗੇ ਜੀ ਸਿਲੇਬਸ ਦੀ ਗੱਲ ਕਰ ਲਈਏ ਜੀ ਬੀਐਡ ਫਰਸਟ ਸੈਮੈਸਟਰ ਦਾ ਸਿਲੇਬਸ ਹੈ ਜੀ ਐਫ 1.5 ਹੈ ਜੀ ਆਈਸੀਟੀ ਸਕਿੱਲ ਡਿਵੈਲਪਮੈਂਟ ਕੀ ਕੋਸ਼ਿਸ਼ ਜੀ ਤੁਹਾਡੇ ਤੁਹਾਨੂੰ ਪਤਾ ਹੀ ਹੈ ਜੀ ਤੁਹਾਡੇ 4 ਯੂਨਿਟ ਹੁੰਦੇ ਆ ਮੈਂ 4 ਦੇ 4 ਯੂਨਿਟ ਦੇ ਹੀ ਜਿਹੜੇ ਤੁਹਾਨੂੰ ਨੋਟਸ ਜੀ ਪ੍ਰੋਵਾਈਡ ਕਰਵਾਏ ਨੇ ਇਸ ਵੀਡੀਓ ਦੇ ਵਿੱਚ ਇੱਕ ਜਿਹੜਾ ਪਾਰਟ ਹੋਗਾ ਇਹ ਸ਼ਾਰਟ ਦੇ ਲਈ ਹੈ ਬਾਕੀ ਲੌਂਗ ਦੇ ਲਈ ਹੈ ਤਾਂ ਗੱਲ ਕਰ ਲੈਣੀ ਆਪਾਂ ਜੀ ਯੂਨਿਟ 1 ਹੈ ਜੀ ਇੰਟਰੋਡਕਸ਼ਨ ਟੂ ਕੰਪਿਊਟਰ ਠੀਕ ਹੈ ਯੂਨਿਟ 1 ਦੇ ਵਿੱਚ ਮੈਂ ਤੁਹਾਨੂੰ ਪ੍ਰੋਵਾਈਡ ਕਰਵਾਇਆ ਜੀ ਇਹ ਪਾਰਟ ਹੈ ਜੀ ਐਨ ਇੰਟਰੋਡਕਸ਼ਨ ਟੂ ਕੰਪਿਊਟਰ ਨੀਡ ਇੰਪੋਰਟੈਂਸ ਨੇਚਰ ਐਂਡ ਐਡਵਾਂਟੇਜ ਸੋ ਇਹ ਵਾਲਾ ਜਿਹੜਾ ਟੌਪਿਕ ਹੈ ਜੀ ਇਹ ਤੁਹਾਨੂੰ ਜਿਹੜਾ ਲੌਂਗ ਦੇ ਲਈ ਮੈਂ ਪ੍ਰੋਵਾਈਡ ਕਰਵਾਇਆ ਜੀ ਇਹਨਾਂ ਨੋਟਸ ਦੇ ਵਿੱਚ ਬੀ ਹੈ ਜੀ ਇੰਪੋਰਟੈਂਟ ਆਫ ਕੰਪਿਊਟਰ ਐਜੂਕੇਸ਼ਨ ਇਨ ਇੰਡੀਅਨ ਸਕੂਲ ਐਲੀਮੈਂਟਰੀ ਸਕੂਲੈਂਡਰੀ ਹਾਇਰ ਲੈਵਲ ਇਹ ਵਾਲਾ ਸ਼ਾਰਟ ਦੇ ਵਿੱਚ ਮਿਲਣਗੇ ਤੁਹਾਨੂੰ ਕੁਐਸਚਨ ਅੱਗੇ ਆ ਜਾਓ ਸੀ ਹੈ ਜੀ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਕਨਸੈਪਟ ਨੀਡ ਐਂਡ ਸਕੋਪ ਲੌਂਗ ਦੇ ਲਈ ਮਿਲੂਗਾ ਜੀ ਤੁਹਾਨੂੰ ਨੈਕਸਟ ਆ ਜਾਓ ਜੀ ਯੂਨਿਟ ਹੈਗਾ ਜੀ ਤੁਹਾਡਾ ਸੈਕਿੰਡ ਯੂਨਿਟ ਸੈਕਿੰਡ ਹੈ ਜੀ ਐਲੀਮੈਂਟਸ ਆਫ ਕੰਪਿਊਟਰ ਇਹ ਦੇ ਵਿੱਚ ਹੈਗਾ ਜੀ ਕੰਪਿਊਟਰ ਹਾਰਡਵੇਅਰ ਫੰਡamentals ਐਂਟੋਮੀ ਇਨਪੁਟ ਡਿਵਾਈਸਸ ਆਉਟਪੁਟ ਡਿਵਾਈਸਸ ਸਟੋਰੇਜ ਡਿਵਾਈਸਸ ਡਿਸਪਲੇ ਡਿਵਾਈਸਸ ਟਾਈਪਸ ਆਫ ਕੰਪਿਊਟਰ ਐਂਡ ਕੰਪਿਊਟਰ ਨੈਟਵਰਕ ਇਹ ਵਾਲੇ ਜਿਹੜੇ ਤੁਹਾਨੂੰ ਮਿਲਣਗੇ ਜੀ ਏ ਸ਼ਾਰਟ ਦੇ ਲਈ ਮਿਲੂਗਾ ਜੀ ਏ ਪਾਰਟ ਬੀ ਦੇ ਅਗਿਆ ਜੋ ਜੀ ਸੌਫਟਵੇਅਰ ਸੌਫਟਵੇਅਰ ਦਾ मीनिंग ਐਂਡ ਟਾਈਪਸ ਸਿਸਟਮ ਸੌਫਟਵੇਅਰ ਐਂਡ ਐਪਲੀਕੇਸ਼ਨ ਸੌਫਟਵੇਅਰ ਬੀ ਪਾਰਟ ਮਿਲੂਗਾ ਲੌਂਗ ਦੇ ਲਈ ਇਹ ਜਿੰਨੀਆਂ ਵੀ ਡਿਟੇਲ ਦੇ ਵਿੱਚ ਵੀਡੀਓਜ਼ ਦੀ ਸਾਰੀਆਂ YouTube ਚੈਨਲ ਤੇ ਅਵੇਲੇਬਲ ਹੈ ਜੀ ਸੀਕਵੈਂਸ ਆਫ ਵਾਈਜ਼ ਹੈ ਜੀ ਦੇਖ ਲਓ ਤੁਹਾਡੇ ਲਈ ਬੈਨੀਫੀਸ਼ੀਅਲ ਰਹਿਣਗੀਆਂ ਸੀ ਹੈ ਜੀ ਆਫਲਾਈਨ ਲਰਨਿੰਗ मीनिंग ਇੰਪੋਰਟੈਂਸ ਆਨਲਾਈਨ ਲਰਨਿੰਗ ਠੀਕ ਹੈ ਆਫਲਾਈਨ ਲਰਨਿੰਗ ਤੇ ਆਨਲਾਈਨ ਲਰਨਿੰਗ ਇਹ ਤੁਹਾਨੂੰ ਜਿਹੜੀ ਹੈ ਲੌਂਗ ਦੇ ਲਈ ਮਿਲੂਗਾ ਜੀ ਵੀਡੀਓ ਪਲੇਲਿਸਟ ਦੇ ਵਿੱਚ ਹੈਗੀਆਂ ਜੀ ਦੇਖ ਲਓ ਆਜੋ ਅੱਗੇ ਯੂਨਿਟ 3 ਹੈ ਜੀ ኦਪਰੇਟਿੰਗ ਸਿਸਟਮ ਏ ਹੈ ਜੀ ኦਪਰੇਟਿੰਗ ਸਿਸਟਮ ਟਾਈਪਸ ਐਂਡ ਇੰਪੋਰਟੈਂਸ ਡਾਕਸ ਐਂਡ ਵਿੰਡੋ ਲੌਂਗ ਦੇ ਲਈ ਮਿਲੂਗਾ ਜੀ ਤੁਹਾਨੂੰ ਏ ਪਾਰਟ ਏ ਪਾਰਟ ਲੰਬ ਦੇ ਲਈ ਹੈ ਬੀ ਹੈ ਜੀ ਇੰਟਰੋਡਕਸ਼ਨ ਟੂ ਆਫਿਸ ਐਪਲੀਕੇਸ਼ਨ ਵਰਡ ਪ੍ਰੋਸੈਸਿੰਗ ਸਪਰੈਡਸ਼ੀਟ ਪ੍ਰੈਜੈਂਟੇਸ਼ਨ ਡਾਟਾ ਬੇਸਿਸ ਡਰਾਇੰਗ ਟੂਲਸ ਮਲਟੀਮੀਡੀਆ ਟੂਲਸ ਫਾਈਲ ਫਾਰਮੈਟਸ ਐਂਡ ਕਨਵਰਸੇਸ਼ਨ ਯੂਟਿਲਿਟੀ ਟੂਲਸ ਇਹ ਤੁਹਾਨੂੰ ਜਿਹੜਾ ਸ਼ਾਰਟ ਦੇ ਲਈ ਮਿਲੂਗਾ ਜੀ ਬੀ ਪਾਰਟ ਸੀ ਦੇ ਵਿੱਚ ਅੱਗੇ ਆ ਜਾਓ ਜੀ ਵਾਇਰਸ मीनिंग टाइप्स ਐਂਡ ਕਾਉਜ਼ ਹਾਂਜੀ ਇਹ ਵਾਲੇ ਤੁਹਾਨੂੰ ਮਿਲੇਗਾ ਜੀ ਲੌਂਗ ਦੇ ਲਈ ਓਕੇ ਆਜੋਗੇ ਜੁਨਿਟ 4 ਹੈ ਜੀ ਇੰਟਰਨੈਟ ਐਂਡ ਨੈਟਵਰਕਿੰਗ ਠੀਕ ਹੈ ਇਹ ਇਹ ਪਾਰਟ ਹੈ ਜੀ ਇੰਟਰਨੈਟ ਇਟ ਇਸ ਨੀਡ ਐਂਡ ਇੰਪੋਰਟੈਂਸ ਲੌਂਗ ਦੇ ਲਈ ਮਿਲੇਗਾ ਤੁਹਾਨੂੰ ਓਕੇ ਇਹਾਂਜੀ ਲੌਂਗ ਦੇ ਲਈ ਹੈ ਬੀ ਹੈ ਜੀ ਨੈਟਵਰਕਿੰਗ ਇਟ ਇਟ ਟਾਈਪਸ ਐਂਡ ਇੰਪੋਰਟੈਂਸ ਆਫ ਨੈਟਵਰਕਿੰਗ ਸ਼ਾਰਟ ਦੇ ਲਈ ਮਿਲੂਗਾ ਸੀ ਹੈ ਜੀ ਸੋਸ਼ਲ ਸਾਈਟਸ ਬਲੌਗ ਇਟ ਇਸ ਨੀਡਸ ਇੰਪੋਰਟੈਂਸ ਐਂਡ ਐਡਵਾਂਟੇਜ ਇਹ ਵੀ ਤੁਹਾਨੂੰ ਸੀ ਵੀ ਜਿਹੜਾ ਤੁਹਾਨੂੰ ਲੌਂਗ ਦੇ ਲਈ ਮਿਲੂਗਾ ਬੀ ਸ਼ਾਰਟ ਦੇ ਲਈ ਮਿਲੂਗਾ ਇਸੀ ਤੁਹਾਡਾ ਸਿਲੇਬਸ ਤੇ ਸਿਲੇਬਸ ਸਾਰੇ ਦਾ ਸਾਰਾ ਕਵਰ ਹੈ ਬਾਕੀ ਇੱਕ ਥੋੜਾ ਬਲੌਗ ਬਲੌਗ ਹੈ ਨਾ ਜੀ ਜੋ ਇਹਦੇ ਵਿੱਚ ਇੱਕ ਕਰਵਾਇਆ ਹੋਇਆ ਹੈ ਹਿੰਦੀ ਜਿਹੜੀ ਇੰਪੋਰਟੈਂਸ ਹੈ ਮੈਂ ਤਾਂ ਕਰਦੇ ਆਪਾਂ ਕੋਸ਼ਿਸ਼ ਕੀ ਵੈਸੇ ਨੀਡ ਵੀ ਉਹੀ ਬਣ ਜੂਗੀ ਐਡਵਾਂਟੇਜ ਵੀ ਉਹੀ ਬਣ ਜਾਣਗੀਆਂ ਮਹੱਤਤਾ ਵਾਲੀਆਂ ਵੀ ਬਾਕੀ ਆਪਾਂ ਕਰ ਲਾਂਗੇ ਟਰਾਈ ਜੇ ਟਾਈਮ ਲੱਗਾ ਤੇ ਇਹਨੂੰ ਮੈਂ ਜਿਹੜਾ ਨੀਡ ਅਲੱਗ ਤੋਂ ਕਰਵਾ ਦੂੰਗੀ ਉਹ ਮੈਂ ਤੁਹਾਨੂੰ ਦੇ ਦੂੰਗੀ ਨੋਟਸ ਕੋਈ ਗੱਲ ਨਹੀਂ ਠੀਕ ਹੈ ਆਵਾਚ ਫ੍ਰੀ ਸਟੱਡੀ ਵੀਡੀਓ ਜਿੰਦੇ ਤੇ ਤੁਸੀਂ ਕਲਿੱਕ ਕਰਨਾ ਤੇ ਮੇਰੇ YouTube ਚੈਨਲ ਤੇ ਵਿਜ਼ਿਟ ਕਰ ਦੇਣਾ ਪਲੇਲਿਸਟ ਆ ਪਲੇਲਿਸਟ ਦੇ ਵਿੱਚ ਸਾਰੀਆਂ ਵੀਡੀਓ ਸੀਕਵੈਂਸ ਵਾਈਸ ਪਈਆਂ ਨੇ ਦੇਖ ਲਓ ਜਾ ਕੇ ਠੀਕ ਹੈ ਡਿਟੇਲ ਮਿਲ ਜੂਗੀ ਤੁਹਾਨੂੰ ਉਹਦੇ ਵਿੱਚ ਆ ਜਾਓ ਅੱਗੇ ਜੀ ਯੂਨਿਟ 1 ਆ ਗਿਆ ਜੀ ਹੁਣ ਤੁਸੀਂ ਤੁਹਾਨੂੰ ਮੈਂ ਇੱਕ ਝਲਕ ਦਿਖਾਦਾ ਤੁਹਾਡੀ ਪੀਡੀਐਫ ਦੀ ਕੀ ਕੁਝ ਤੁਹਾਨੂੰ ਪੀਡੀਐਫ ਦੇ ਵਿੱਚ ਮਿਲੇਗਾ ਲੋਗੋ ਦੀ ਪ੍ਰੋਬਲਮ ਸੀ ਲੋਗੋ ਮੈਂ ਛੋਟਾ ਕਰ ਦਿੱਤਾ ਜੀ ਠੀਕ ਹੈ ਇਹ ਪਾਰਟ ਹੈ ਇਹ ਸਾਰਾ ਆਜੋ ਤੁਹਾਨੂੰ ਕੀ ਕੁਝ ਮਿਲੇਗਾ ਜੀ ਇਹ ਪਾਰਟ ਹੈ ਜੀ ਇੰਟਰੋਡਕਸ਼ਨ ਐਂਡ ਇੰਟਰੋਡਕਸ਼ਨ ਟੂ ਕੰਪਿਊਟਰ ਨੀਡ ਇੰਪੋਰਟੈਂਸ ਐਂਡ ਨੇਚਰ ਇਥੋਂ ਸਟਾਰਟ ਹੋ ਜਾਣਾ ਜੀ ਯੂਨਿਟ 1 ਇਹਦੇ ਵਿੱਚ ਤੁਹਾਨੂੰ ਜਿਹੜਾ ਸਾਰਾ ਮਿਲ ਜਾਣਾ ਜੀ ਨੀਡ ਐਂਡ ਇੰਪੋਰਟੈਂਸ ਆਫ ਕੰਪਿਊਟਰ ਆਜੋ ਅੱਗੇ ਆសារ ਹੁ ਇਅਨ ਇੰਟਰੋਡਕਸ਼ਨ ਟੂ ਕੰਪਿਊਟਰ ਨੀਡ ਇੰਪੋਰਟੈਂਟ ਨੇਚਰ ਐਂਡ ਐਡਵਾਂਟੇਜ ਇਹ ਮਿਲ ਜਾਊਗਾ ਆ ਜੋ ਅੱਗੇ ਇਹ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਕਨਸੈਪਟ ਨੀਡ ਸਕੋਪ ਇਹ 3 ਹੈ ਇੱਕ ਰਹਿ ਗਿਆ ਜੀ ਹਾਂਜੀ ਇੰਪੋਰਟੈਂਸ ਆਫ ਕੰਪਿਊਟਰ এডੂਕੇਸ਼ਨ ਇਨ ਇੰਡੀਅਨ ਸਕੂਲ ਐਲੀਮੈਂਟਰੀ ਸਕੂਲ ਕੈਨ ਡੂ ਐਂਡ ਹਾਇਰ ਲੈਵਲ ਇਹ ਬੀ ਹੈ ਜੀ ਤਸਵੀਰ ਮੈਂ ਤੁਹਾਨੂੰ ਸ਼ੋ ਕਰਵਾਤਾ ਅੱਗੇ ਆ ਜੋ ਯੂਨਿਟ 3 ਸੈਕਿੰਡ ਹੈ ਜੀ ਇਹਦੇ ਵਿੱਚ ਆ ਜੋ computer hardware fundamentals anatomy input devices output devices storage devices display devices types of computer and computer network eh sare tan short de vich milenge unit second de ji okay aajo okay. agge software meaning and type system software and application software long de layi miluga ji tanu aajo okay offline learning meaning and importance long de layi miluga ji agge aajo ਆਨਲਾਈਨ ਲਰਨਿੰਗ ਹੈ ਜੀਏ ਆਨਲਾਈਨ ਲਰਨਿੰਗ ਸਟਾਰਟ ਹੋ ਜੂਗਾ ਇਥੋਂ ਯੂਨਿਟ ਦਾ ਆ ਜਾਓਗੇ ਯੂਨਿਟ 3 ਤੇ ਯੂਨਿਟ 3 ਦੇ ਵਿੱਚ ਵੇਖੋਗੇ ਤੁਸੀਂ ኦਪਰੇਟਿੰਗ ਸਿਸਟਮ ਆ ਗਿਆ ਜੀ ਪਹਿਲਾਂ ਠੀਕ ਹੈ ኦਪਰੇਟਿੰਗ ਸਿਸਟਮ ਆਉਜੋਗੇ ਇੰਟਰੋਡਕਸ਼ਨ ਟੂ ਆਫਿਸ ਐਪਲੀਕੇਸ਼ਨ ਵਰਡ ਪ੍ਰੋਸੈਸਿੰਗ ਸਪਰੈਡਸ਼ੀਟ ਪ੍ਰੈਜੈਂਟੇਸ਼ਨ ਡਾਟਾਬੇਸ ਡਰਾਇੰਗ ਟੂਲਸ ਮਲਟੀਮੀਡੀਆ ਟੂਲਸ ਫਾਈਲ ਫਾਰਮੈਟਸ ਐਂਡ ਕਨਵਰਸੇਸ਼ਨ ਯੂਟਿਲਿਟੀ ਟੂਲਸ ਠੀਕ ਹੈ ਇਹ ਮਿਲ ਜੂਗਾ ਤੁਹਾਨੂੰ ਆ ਜਾਓਗੇ वायरस मीनिंग टाइप्स एंड कॉज ये आ जाओगे यूनिट फोर्थ दे इंटरनेट इट्स नीड्स एंड इम्पोर्टेंस कंप्लीट है जी लॉन्ग अगे आ जाओ नैटवर्किंग टाइप्स एंड इम्पोर्टेंस ऑफ नैटवर्किंग शॉर्ट आ जाओगे ਬਲੌਗ ਬਲੌਗ ਮਿਲ ਜੂਗਾ ਲਾਸਟ ਦੇ ਇਹ ਹੈਗਾ ਜੀ ਤੁਹਾਡੇ ਸਾਰੇ 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 ਦੇ ਸਾਰੇ ਨੋਟਸ ਤੇ ਤੁਸੀਂ ਬਾਈ ਕਰ ਸਕਦੇ ਹੋ ਕਲਿੱਕ ਕਰਨਾ ਹੈ ਜੀ ਤੁਸੀਂ ਲਿੰਕ ਤੇ ਜੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਜੀ ਉਸ ਤੇ ਤੁਸੀਂ ਕਲਿੱਕ ਕਰਨਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਜੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਵਾਰ-ਵਾਰ ਕਲੀਅਰ ਕਰ ਰਹੀ ਹਾਂ ਜੀ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੈ ਜੀ ਉੱਥੋਂ ਜਿਹੜਾ ਹੈ ਤੁਸੀਂ ਕਲਿੱਕ ਕਰਨਾ ਉਸ ਲਿੰਕ ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਬਾਏ ਨਾਓ ਉੱਤੇ ਕਲਿੱਕ ਕਰੋਗੇ ਬਾਏ ਨਾਓ ਦਾ ਜਿਹੜਾ ਬਟਨ ਲੱਗਾ ਹੋਊਗਾ ਉੱਥੇ ਨੂੰ ਚੈੱਕ ਕਰ ਲਓ ਕਿ ਤੁਸੀਂ ਸਹੀ ਪਲੇਸ ਤੇ ਪਹੁੰਚ ਗਏ ਹੋ ਬਾਏ ਨਾਓ ਤੇ ਕਲਿੱਕ ਕਰੋਗੇ ਤਾਂ ਪੇਮੈਂਟ ਦੇ ਮੈਥਡਸ ਆ ਕੁਝ ਜਿਹੜਾ ਤੁਹਾਨੂੰ ਸਹੀ ਲੱਗਦਾ ਸਿੰਪਲ ਲੱਗਦਾ ਪਤਾ ਤੁਹਾਨੂੰ ਹੁੰਦੇ ਤਾਂ ਤੁਸੀਂ ਮੈਨੂੰ ਪੇ ਕਰ ਦਿਓ ਤੇ ਉਸ ਤੋਂ ਬਾਅਦ ਡਾਊਨਲੋਡ ਦੀ ਆਪਸ਼ਨ ਤੁਹਾਨੂੰ ਮਿਲ ਜੂਗੀ ਠੀਕ ਹੈ ਉਦੋਂ ਡਾਇਰੈਕਟ ਵੀ ਮਿਲ ਜੂਗਾ ਡਾਊਨਲੋਡ ਦਾ ਲਿੰਕ ਤੇ ਈਮੇਲ ਦੇ ਜ਼ਰੀਏ ਵੀ ਮਿਲ ਜਾਵੇਗਾ ਤੇ ਇਹ ਕਹਿ ਦਿੱਤਾ ਰੱਖਣਾ ਆਪਣਾ ਮੋਬਾਈਲ ਨੰਬਰ ਤੁਸੀਂ ਸਹੀ ਫਿਲ ਕਰਨਾ ਹੈ ਆਪਣਾ ਨੇਮ ਸਹੀ ਫਿਲ ਕਰਨਾ ਹੈ ਆਪਣੀ ਈਮੇਲ ਆਈਡੀ ਬੱਚੇ ਈਮੇਲ ਆਈਡੀ ਗਲਤ ਪਾ ਰਹੇ ਨੇ ਮੁੜ ਕੇ ਪ੍ਰੋਬਲਮ ਆਉਂਦੀ ਹੈ ਡਾਊਨਲੋਡ ਕਰਨ ਦੇ ਵਿੱਚ ਈਮੇਲ ਆਈਡੀ ਸਹੀ ਭਰੋ ਤਾਂ ਤੁਹਾਨੂੰ ਜਿਹੜੇ ਨੋਟਸ ਹੈ ਜੀ ਉਹ ਮਿਲ ਜਾਣਗੇ ਕਿਸੇ ਪ੍ਰਕਾਰ ਦੀ ਕੋਈ ਵੀ ਜਿਹੜੀ ਪਰੇਸ਼ਾਨੀ ਆਉਂਦੀ ਹੈ ਤਾਂ ਮੇਰੇ ਨਾਲ ਇੰਸਟਾਗ੍ਰਾਮ ਤੇ ਜਿਹੜਾ ਮੈਸੇਜ ਕਰਕੇ ਮੇਰੇ ਨਾਲ ਜਿਹੜੀ ਗੱਲ ਹੈ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਇਹ ਆਪਣਾ ਤੇ ਬਾਕੀ ਮੈਂ ਇੰਪੋਰਟੈਂਟ ਕੁਐਸਚਨ ਸਾਰੇ ਦੇ ਸਾਰੇ ਜਿਹੜੇ ਤੁਹਾਨੂੰ ਪ੍ਰੋਵਾਈਡ ਹੈ ਉਹ ਕਰਵਾ ਰਹੀਆਂ ਵੀਡੀਓ ਹੌਲੀ ਹੌਲੀ ਕਰਕੇ ਤੁਹਾਨੂੰ ਮਿਲ ਰਹੀਆਂ ਨੇ ਨੋਟਸ ਦੀ ਬਹੁਤ ਡਿਮਾਂਡ ਸੀ ਸਾਨੂੰ ਨੋਟਸ ਚਾਹੀਦੇ ਆ ਸਾਡੇ ਕੋਲ ਉtare ਨਹੀਂ ਜਾ ਰਹੇਗੇ ਨੋਟ ਨਹੀਂ ਕੀਤੇ ਜਾ ਰਹੇ ਤਾਂ ਮੈਂ ਦੇ ਰਹੀਆਂ ਤੁਹਾਨੂੰ ਠੀਕ ਹੈ ਤੁਹਾਡੀ ਹੈਲਪ ਹੋ ਜੂਗੀ ਸਿਰਫ ਇਸੇ ਦੇ ਲਈ ਦੇ ਰਹੀਆਂ ਸੋ ਬਾਕੀ ਜ਼ਰੂਰ ਲਾਈਕ ਕਰ ਦਿਓ ਵੀਡੀਓ ਨੂੰ ਵੀਡੀਓ ਵਧੀਆ ਲੱਗੀ ਹੈ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਓਕੇ ਜੀ। ਥੈਂਕਸ ਫॉर ਵਾਚਿੰਗ।